ਸਾਰਿਆਂ ਗੱਲ ਛੋੜੋ ਨਾ ਇੱਕ ਹਦੀਸ ਹੈ ਮੈਂ ਤੁਹਾਨੂੰ ਵੀ ਸੁਣਾਈ ਆਉਂ ਨਾ ਕਿ ਆਪ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਕਿ ਅਗਰ ਬੇਟੀ ਹੋਣਾ ਬੁਰੀ ਬਾਤ ਹੋਤੀ ਤੋ ਮੈਂ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਬੇਟੀ ਕਾ ਬਾਪ ਨਾ ਹੋਤਾ ਆਪਨੇ ਵਿੱਚ ਜਮ੍ਹਾਂ ਨਹੀਂ ਕੀਤੀ ਆਪਨੇ ਇਕੱਲੀ ਗੱਲ ਕੀਤੀ ਕਿ ਬੇਟੀ ਕਾ ਬਾਪ ਨਾ ਹੋਤਾ ਸਰਕਾਰ ਫਰਮਾ ਸਕਦੇ ਹਨ ਕਿ ਮੈਂ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਬੇਟੀਓ ਕਾ ਬਾਪ ਨਾ ਹੋਤਾ ਕਿਆ ਬਾਤ ਹੈ ਗੱਲ ਇਹ ਕਿ ਅਲਾਮਾ ਆਸਿਫ ਰਜ਼ਾ ਸਾਹਿਬ ਨੇ ਗੱਲ ਕੀਤੀ ਹੈ ਬੜੀ ਸੋਹਣੀ ਦਲੀਲ ਦਿੱਤੀ ਹੈ ਕਿ ਸਦਕਾ ਅਹਿਲ ਬੈਤ ਹਰਾਮ ਹੈ ਇਹ ਇਮਾਨ ਹੈ ਆਪਣਾ ਜੀ ਹਾਂ ਅਤੇ ਉਹਦੇ ਕਿਨੂੰ ਬਾਅਦ ਜਿਹੜਾ ਉਹਦੀ ਅਸਾਂ ਹੈ ਨਾ ਚੀਜ਼ ਗੰਦੇ ਸਾਡੇ ਉੱਤੇ ਹਲਾਲ ਹੈ ਤਾਂ ਉਹਨਾਂ ਨੇ ਦਲੀਲ ਦਿੱਤੀ ਹੈ ਇਹ ਚੀਜ਼ ਦੀ ਕਿ ਹਲਾਲ ਅਤੇ ਹਰਾਮ ਕਿ ਨਹੀਂ ਇਕੱਠਾ ਨਹੀਂ ਜੀ ਸਕਦਾ ਬਿਲਕੁਲ ਅਤੇ ਇਹ ਚੀਜ਼ ਕਿਨੂੰ ਬਚਣਾ ਚਾਹੀਦਾ ਹੈ ਇਹ ਗੱਲ ਕਰਦੇ ਵੀ ਗੁਨਾਹ ਗੁਨਾਹ ਮੇਰੇ ਨਜ਼ਰ ਗੁਨਾਹ ਹੈ ਗੁਨਾਹ ਕਿਨੂੰ ਬਚਣਾ ਚਾਹੀਦਾ